ਲੋਕੀ ਦੀ ਜ਼ਮੀਨਾਂ ਚਲੀਏ, ਟਰੈਕਟਰਾਂ ਲਈ ਪਰੇਸ਼ਾਨ, 370 ਟੁੱਟ ਰਹੇ ਪ੍ਰੋਗਰਾਮ ਲਈ ਵਿੱਚ ਚੱਲੀਓ। ਰਾਹੁਲ ਗਾਂਧੀ ਜਿਹੜੀ ਲੜਾਈ ਲੜਾ ਕਰਦੇ ਨੇ ਉਸ ਲਈ ਚੱਲੀਓ, ਤਾਨਾਸ਼ਾਹੀ ਜਿਹੜੀ ਹੈ ਚੱਲਾ ਜੀ। ਬਾਕੀ 27 ਤਰੀਕ ਦਾ ਜਿਹੜਾ ਪ੍ਰੋਗਰਾਮ ਹੈ, ਆਪਣੇ ਮਨ ਔਰ ਦਿਮਾਗ 'ਚ ਇਹ ਚੀਜ਼ ਬਿਠਾਈ ਲੋ ਕਿ ਅਸੀਂ ਜਿੱਤੀ ਦਿਆਂ। ਔਰ ਜਿੱਤਣੇ ਬਾਅਦ ਮੈਂ ਲੱਗਣਾ ਚਾਹੁੰਦਾ ਕਿ ਚੌਧਰੀ ਸਾਹਿਬ ਜਿੱਤੀ ਹੈ। ਡਿਸਟ੍ਰਿਕਟ ਕਠੂਆ ਦੇ ਲੋਕ ਮਨ ਬਣਾ ਲਿਆ, ਭਾਵੇਂ ਕਾਂਗਰਸ ਹੋਵੇ, BJP ਹੋਇਆ, ਕੋਈ ਵੀ ਪਾਰਟੀ ਹੋਇਆ, ਜਿਹੜੇ ਪਾਰਟੀ ਦੇ ਕਾਰਜਕਰਤਾ ਉਹ 10,000, 5,000, 20,000 ਇੰਨਾ ਕੁ ਹੁੰਦਾ, ਬਾਕੀ ਸਾਡਾ ਫਲੋਟਿੰਗ ਬੋਰਡ ਹੁੰਦਾ। ਬਾਹਰ ਤਾਂ ਜਾਣ ਦਾ ਮੌਕਾ ਨਹੀਂ ਮਿਲਿਆ, ਲੇਕਿਨ ਕਠੂਆ, ਹੀਰਾਨਗਰ, ਟੰਡੀ ਜਿਹੜੇ ਲੋਕ BJP ਵੋਟ ਪਾਇਆ, ਉਹ ਕਹਿੰਦੇ ਨਹੀਂ ਅਤੇ ਚੌਧਰੀ ਸਾਹਿਬ ਹੀ ਵੋਟ ਪਾਉਣਾ ਯਾਰ, ਸਾਰੇ ਕਠੂਆ ਔਰ ਉੱਪਰੋਂ ਨੇ ਜਿੱਤੇ ਆਉਣਾ ਹੀ ਆਉਣਾ। ਜਿਹੜੀ ਪਿਛਲੀ ਇਲੈਕਸ਼ਨਾਂ ਹੋਈਆਂ, ਅੱਜ ਬਥੇਰੇ ਹੈਲਥ ਮਿਨਿਸਟਰ ਰਹੇ, ਕੋਈ ਕਿਸੇ ਨਾਂ ਲੈਂਦਾ ਗੇ, ਲੈਂਦਾ ਕਿ ਕਿਸੇ ਨਾਂ, ਲੇਕਿਨ ਚੌਧਰੀ ਸਾਹਿਬ ਦਾ ਨਾਂ ਜੀ ਲੋਕ ਲੈਂਦੇ, ਤਾਂ ਚੌਧਰੀ ਸਾਹਿਬ ਹੈਲਥ ਮਿਨਿਸਟਰ ਹੁੰਦੇ। ਔਰ ਸਾਰਿਆਂ ਨਾਲੋਂ ਵੱਡੀ ਜਿਹੜੀ ਉਹਦੀ ਕਾਬਲੀਅਤ ਹੈ, ਹਰ ਆਦਮੀ ਦਾ ਫੋਨ ਚੁੱਕਦੇ, ਹਰ ਆਦਮੀ ਦਾ ਫੋਨ ਚੁੱਕਦੇ, ਬਿਜ਼ੀ ਹੁੰਦੇ ਵੀ ਨਹੀਂ ਕੁਦਾ ਚੁੱਕਾ, ਬੈਕ ਕਾਲ ਵੀ ਕਰਦੇ। ਇੱਕ ਲੀਡਰ 'ਚ ਬੜੀ ਬੜੀ ਖਾਸੀਅਤ ਹੁੰਦੀ। ਅਤੇ ਗੱਲਬਾਤ ਇਹ ਹੈ ਕਿ ਸਾਡੇ ਚਾਚਾ ਜੀ ਨਾ, ਅਸਾਂ ਵਿਸ਼ਵਾਸ ਲੈਣਾ ਕਿ ਅਸੀਂ ਪੂਰੇ ਤਨ ਮਨ ਧਨ ਕਹਿੰਦਾ, ਗੱਡੀਆਂ ਤੁਸੀਂ ਲਿਖਾਈ ਦੇ ਕੇ ਜਿੱਥੇ ਤੁਸੀਂ ਆਉਣੀਆਂ। ਔਰ 19 ਤਰੀਕ ਜਿਹੜੀ ਵੋਟਿੰਗ ਹੋਣੀ ਹੈ, ਮੈਂ ਕਿਹਾ ਕਰਨਾ ਕਿ ਪੂਰੀ ਲੀਡ ਕਹਿੰਦਾ ਹੋਇਆ, ਕਿਉਂਕਿ ਚੌਧਰੀ ਸਾਹਿਬ ਇਲੈਕਸ਼ਨ ਨਹੀਂ ਲੜਾ ਕਰਦੇ, ਇਲੈਕਸ਼ਨ ਤੁਸੀਂ ਲੜਾ ਕਰਦੇ। ਅਗਰ ਜੰਮੂ ਹੀ ਬਚਾਉਣਾ, ਕਠੂਆ ਹੀ ਬਚਾਉਣਾ, ਲੋਕਾਂ ਦੀਆਂ ਜ਼ਮੀਨਾਂ ਬਚਾਉਣੀਆਂ, ਤਾਂ ਚੌਧਰੀ ਸਾਹਿਬ ਭਾਈ ਲੈਣਾ ਪਾਉਣ ਮੰਗਣ ਚੱਲੇ ਆ। ਔਰ ਮੇਰੀ ਸ਼ੁਰੂਆਤ ਜਿਹੜਾ ਅਸੀਂ ਸਟੂਡੈਂਟ ਯੂਥ ਫੈਡਰੇਸ਼ਨ ਬਣਾਈ ਸੀ, 6 ਮਹੀਨੇ ਦੇ ਸਾਰੇ ਇੱਥੋਂ ਦੀ ਸ਼ੁਰੂਆਤ ਹੋਈ ਸੀ ਬੋਲਣ ਦੀ। ਬਾਕੀ ਸ਼ੁਕਰੀਆ, ਜੈ ਹਿੰਦ, ਜੈ ਭਾਰਤ। ਜਿਸ ਇਹ ਤਾਂ ਤੁਹਾਨੂੰ ਟਿਕਟ ਹੋਈ ਅਨਾਊਂਸ 20 ਤਰੀਕ, 20 ਤਰੀਕ ਹੋਈ ਨਾ, 14 ਤਰੀਕ ਦੀ ਲਹਿਰ ਬਣੀ ਸੀ ਸਰ, 14 ਤਰੀਕ ਦੀ ਲੋਕਾਂ ਰਿਮਰ ਸੁਣਵਾ ਦੀ ਸੀ ਕਿ ਚੌਧਰੀ ਸਾਹਿਬ ਦਿੱਲੀ ਬੈਠੇ ਨੇ ਅਤੇ ਉਹਨੇ ਕਾਂਗਰਸ ਜੁਆਇਨ ਕਰਿਆ ਕਰਦੇ ਨੇ ਔਰ ਉਹਨਾਂ ਨੂੰ ਟਿਕਟ ਮਿਲਾ ਦੀ ਹੈ ਕਾਂਗਰਸ ਦੀ। ਇੰਨੀ ਰਿਜੈਂਟਮੈਂਟ ਹੈ ਲੋਕਾਂ ਦੇ ਦਿਲ 'ਚ ਸਰ, ਸਾਡੀ ਨਗਰੀ ਦੀ ਹਾਲਤ ਦੇਖੋ ਜੀ, ਜਨਾਬ ਕੋਈ 1,000 ਗੱਡੀ ਟਰਾਲਾ ਜਾਂਦਾ ਰੋਜ਼, ਸਾਡੇ ਬਜ਼ੁਰਗ ਸੈਰ ਨਹੀਂ ਕਰ ਸਕਦੇ ਰੋਡ ਪਰ, ਸਾਡੀ ਉੱਚ ਸਾਰੀ ਗਾਲੀ ਕਰੀ ਉੜੀ, 30-30 ਫੁੱਟ ਥੱਲੇ ਡੈਰੀ ਕਰੀ ਉੜੀ, ਡੀਪ ਕਰੀ ਉੜੀ ਹੈ, ਸਾਡੇ ਪੰਪ ਸੈੱਟ ਬੰਦ ਹੋਈ ਹੈ, ਸਾਡੇ ਨਲਕੇ ਬੰਦ ਹੋਈ ਹੈ, ਇਹ ਹਾਲਾਤ ਬਣੇ ਨੇ ਜਨਾਬ, ਇਹ ਸਾਰਾ ਮੁਕਾਬਲਾ ਤੁਸੀਂ ਕਰਨਾ। ਔਰ ਮੈਂ ਆਉਣਾ ਵੀ 27 ਤਰੀਕ ਦਾ ਜਿਹੜਾ ਸਾਡਾ ਉਹ ਨਾ ਜਿਹੜਾ ਨਾਮਕਰਨ ਪੱਤਰ ਭਰਨਾ, ਮੈਂ ਆਉਣਾ ਵੀ ਸਾਡੀ 50,000 ਦੀ ਰੈਲੀ ਹੋਣੀ ਚਾਹੀਦੀ, ਕਮ ਸੇ ਕਮ 50,000, ਹੁਣ ਅਸੀਂ ਦਾਵਾ ਕਰਨੇ ਇਸ ਗੱਲ ਦੀ, ਨਗਰੀ ਜਿੰਨੀਆਂ ਮੈਟਰ ਟੋਰੇ ਭੇਜ ਗਏ ਸਾਨੂੰ ਤੁਸੀਂ, ਅਸੀਂ ਫੁੱਲ ਕਰੀਏ ਭੇਜ ਗਏ, ਬੱਸਾਂ ਭੇਜੋ, ਮੈਡਮ ਸਲਾਹ ਕਰਨ ਲੱਗੇ, 15 ਭੇਜੀ ਦਿਓ, 20 ਭੇਜੀ ਦਿਓ, ਘਰ ਘਰ ਜਾਈਏ, ਅਸੀਂ ਲੋਕ ਤਿਆਰ ਕਰੀਏ, ਆਪਣੀਆਂ ਭੈਣਾਂ, ਆਪਣੀਆਂ ਮਾਤਾਂ, ਆਪਣੀਆਂ ਸਭ ਲਿਆ ਕੇ ਇੱਥੇ। ਔਰ ਮੈਂ ਜ਼ਿਆਦਾ ਨਹੀਂ ਬੋਲਦਾ। ਰਾਜ ਸਿੰਘ ਜੀ, ਮੈਡਮ ਕਾਂਤਾਨ ਡੋਤਰਾ ਜੀ, ਜਿੰਨੇ ਵੀ ਕਾਂਗਰਸ ਸਾਰੇ ਜੀ, ਮੇਰੀ ਤਰਫਾ ਪ੍ਰਣਾਮ। ਮੈਂ ਚੌਧਰੀ ਜਿਹੜੇ ਆਖਿਆ ਸਾਰੇ ਲੀਡਰ, ਹੋਰ ਵੀ ਆਖਿਆ ਕਿ ਜਿਹੜੇ ਕੋਈ ਵਾਰਡ ਮੈਂਬਰ ਦੀ ਲੈਕੀ ਬਣੀ ਹੈ, MLA ਬਣੀ ਹੈ, ਪਰ ਚੌਧਰੀ ਸਾਹਿਬ ਲੀਡਰ ਹੈ, ਚੌਧਰੀ ਸਾਹਿਬ ਹੋ ਰਹੇ। ਔਰ ਮੈਂ ਤੁਸੀਂ ਕਿ ਅੱਜ ਪੂਰਾ ਯਕੀਨ ਦਵਾਨਾ, ਹੀਰਾਨਗਰ ਦਾ ਇਸ ਵਾਰੀ ਚੌਧਰੀ ਸਾਹਿਬ ਹੋਰੇ ਜਿੱਤਣਾ, ਜਿੱਥੋਂ ਹੀਰਾਨਗਰ ਆ ਗਏ BJP ਜਿੱਤਦੀ ਹੈ, ਐਕਚੁਅਲੀ BJP ਹੀਰਾਨਗਰ ਜਿੱਤਣੀ ਨਹੀਂ ਹੈ। ਔਰ ਜਿੰਨੇ ਵੀ ਸਾਥੀ ਹੀਰਾਨਗਰ ਦੇ ਆਏ ਦੇ ਨਾ, ਇਹਨੇ ਸਾਰੇ ਨੇ ਮਿਹਨਤ ਕਰਨੀ ਹੈ, ਉਹਦੇ 'ਚ ਕੋਈ ਸਾਡੇ ਕੋਲ ਵੀ ਗਲਤੀ ਹੋਈ ਨਹੀਂ, ਹੋਈ ਸਕਦਾ ਪਹਿਲਾਂ ਆਸੇ ਵੀ ਇਹਨੇ ਕੀ ਦਿੱਤਾ, ਪਰ ਇਹਨੇ ਸਾਡੇ ਕੰਨੇ ਜਿਹੜਾ ਹੱਲ ਕੀਤਾ
ਪਿਛਲੇ 10 ਸਾਲ ਦਾ ਜੰਮੂ ਕਸ਼ਮੀਰ ਦਾ ਜਿਹੜਾ ਇਹਨੇ ਹਾਲਤ ਕਰੀ ਉੜੀ ਹੈ, ਇਹ ਹਾਲਤ ਅਸੀਂ ਕਦੇ ਸੋਚੀ ਵੀ ਨਹੀਂ। ਸਾਡਾ ਇਹਨੇ ਆਉਣ ਵਾਲੇ ਜਿਹੜਾ ਪੀੜ੍ਹੀਆਂ ਨੇ ਇਹਦਾ ਅਗਾ ਮਾਰ ਕਰ ਉੜਿਆ ਔਰ ਇਹਦਾ ਭਵਿੱਖ ਖਤਮ ਕਰ ਉੜਿਆ। ਹੁਣ ਚੌਧਰੀ ਸਾਹਿਬ ਇਹ ਤੁਸੀਂ ਬਚਾਉਣਾ ਹੈ ਔਰ ਅਸੀਂ ਪੂਰੇ ਤਨ ਮਨ ਧਨ ਕਰਨੇ ਪੂਰਾ ਹੀਰਾਨਗਰ ਔਰ ਕਠੂਆ ਇਹ ਪੂਰਾ ਡਿਸਟ੍ਰਿਕਟ ਕਠੂਆ ਤੁਹਾਡੇ ਕਰਨੇ ਆ ਔਰ ਤੁਸੀਂ ਕੀ ਜਿਤਾਉਣਾ ਹੈ। ਚਾਰ ਪੰਜ ਸਾਲ ਸਟੇਟ ਜਨਰਲ ਸੈਕਟਰੀ ਰਹੇ ਯੁਵਾ ਕਾਂਗਰਸ ਦੇ, ਬੜੇ ਅੱਛੇ ਦਿਨ ਅਸੀਂ ਇਕੱਠੇ ਬਿਤਾਏ ਮੇਰੇ ਭਰਾ। ਬਾਕੀ ਸਾਡੇ ਰਿਸਪੈਕਟਡ ਜਿੰਨੇ ਵੀ ਸਾਡੇ ਬਜ਼ੁਰਗ ਬੈਠੇ ਦੇ ਨੇ, ਚੌਧਰੀ ਸਾਹਿਬ ਗੱਲ ਸ਼ੁਰੂ ਹੋਈ ਹੀ ਬੀਜੇਪੀ ਦੀ ਧਰਮ ਦੇ ਨਾਂ ਤੋਂ। ਮੈਂ ਇਹ ਆਖਣਾ ਚਾਹੁੰਦਾ ਕਿ ਹਿੰਦੁਸਤਾਨ ਦੇ ਵਿੱਚ ਕਈ ਤਰ੍ਹਾਂ ਦੇ ਜਾਤੀ ਲੋਕ ਰਹਿੰਦੇ ਨੇ। ਅੱਜ ਤੋਂ 10 ਸਾਲ ਪਹਿਲੇ ਜਿਲ੍ਹੇ ਬੀਜੇਪੀ ਆਈ ਸੀ ਅਤੇ ਉਹ ਰਾਮ ਮੰਦਿਰ ਦੇ ਨਾਂ ਪਰ ਆਈ ਸੀ ਅਤੇ ਹਰ ਬੰਦਾ, ਹਰ ਜਾਤ ਦਾ ਬੰਦਾ, ਹਰ ਧਰਮ ਦਾ ਬੰਦਾ, ਹਰ ਰਿਲੀਜਨ ਦੀ ਉਹ ਰਿਸਪੈਕਟ ਕਰਦਾ। ਇਹ ਮੈਨੂੰ ਯਾਦ ਹੈ ਚੌਧਰੀ ਸਾਹਿਬ ਆਖਦੇ ਹੈ ਕਿ ਅਗਰ ਮੁੰਡਾ ਚੋਰ ਹੋਏ ਨਹੀਂ ਗੁਆਂਢੀ ਆਖੜ ਅਤੇ ਉਹ ਨਹੀਂ ਚੱਲਦਾ। ਜਿਲ੍ਹੇ ਉਹਦੀ ਮਾਂ ਆਖਿਆ ਨਹੀਂ ਕਿ ਮੁੰਡਾ ਚੋਰ ਹੈ ਅਤੇ ਉਹ ਚੋਰੀ ਗਣਾਉਂਦਾ। ਮੈਂ ਇਸ ਵਾਸਤੇ ਇਹ ਗੱਲ ਦੱਸਣਾ ਚਾਹੁੰਦਾ, ਇਹ ਗੱਲ ਬੋਲੀ ਹੈ ਕਿ ਤੁਸੀਂ ਵੋਟ ਕੁਹਦੇ ਖਿਲਾਫ ਕਰਨਾ। ਅਸੀਂ ਕੋਈ ਕੈਂਡੀਡੇਟ ਦਾ ਨਾਂ ਨਹੀਂ ਲੈਣਾ, ਤੁਸੀਂ ਵੋਟ ਖਿਲਾਫ ਕਰਨਾ ਜਿਹਨੇ ਸਾਡਾ ਮਾਈਨਿੰਗ ਮਾਫੀਆ ਇੱਥੇ ਪੈਦਾ ਕੀਤਾ, ਜਿਹਨੇ ਇੱਥੇ ਸ਼ਰਾਬ ਮਾਫੀਆ ਇੱਥੇ ਭੇਜਿਆ, ਜਿਹਨੇ ਸਾਡਾ ਕਲਚਰ ਸਾਡੇ ਕੋਲੋਂ ਖੋਲ ਲਿਆ, ਜਿਹਨੇ ਸਾਨੂੰ ਟੋਲ ਪਲਾਜ਼ੇ ਦਿੱਤੇ ਆਪਣੇ ਹਿੱਸੇਦਾਰੀ ਦੇ ਵਿੱਚ ਰੱਖੀ, ਜਿਹਨੇ ਸਾਡੀ ਸੰਸਕ੍ਰਿਤੀ ਕਨੇ ਖੇਲਿਆ, ਟੈਕਸ ਦੇ ਉੱਪਰ ਟੈਕਸ ਸਾਡੇ ਡੋਗਰਿਆਂ ਹੀ ਲਾਇਆ। ਤੁਸੀਂ ਵੋਟ ਉਹ ਚੀਜ਼ਾਂ 10 ਸਾਲ ਦੀਆਂ ਯਾਦ ਰੱਖਣੀਆਂ, ਵੋਟ ਉਸ ਚੀਜ਼ ਦੇ ਖਿਲਾਫ ਕਰਨਾ। ਹੁਣ ਮੈਂ ਇਹ ਗੱਲ ਆਖਣਾ ਚਾਹੁੰਦਾ ਚੌਧਰੀ ਸਾਹਿਬ ਕਿ ਜਿਹੜੀ ਤੁਸੀਂ ਆਖਦੇ ਨਾ ਇੱਕ ਲਹਿਰ ਆਈ ਇਹਦੀ, ਹੁਣ ਮੇਰਾ ਬੇਟਾ ਕੱਲ੍ਹ ਪਰਸੋਂ ਦੇ ਪੇਪਰ ਖਤਮ ਹੋਏ ਨਾ, ਉਹ ਸਾਇੰਸ ਸਿਟੀ ਹੁੰਦੀ ਕੱਲ੍ਹ ਕੇਂਦਰੀ ਵਿਦਿਆਲਿਆ ਦੀ ਪਿਕਨਿਕ ਇਹਦੀ ਸੀ। ਸਵੇਰੇ ਉੱਠਿਆ ਹੈ ਪਾਪਾ, ਮੈਂ ਦੱਸ ਹੈ ਪਾਪਾ ਕੇਂਦਰੀ ਵਿਦਿਆਲਿਆ ਦੇ ਬੱਚੇ ਇੰਸਟਾਗ੍ਰਾਮ ਦੇ ਉੱਪਰ ਚੌਧਰੀ ਲਾਲ ਸਿੰਘ ਦੀ ਵੀਡੀਓ ਚੜ੍ਹ। ਮੈਂ ਹੈਰਾਨ ਹੋਈ ਯਾਰ, 9ਵੀਂ 10ਵੀਂ 12ਵੀਂ ਪੜ੍ਹਦੇ ਬੱਚੇ ਅਤੇ ਚੌਧਰੀ ਸਾਹਿਬ ਦੀ ਵੀਡੀਓ ਚਾੜ੍ਹ ਰਹੇ ਨਾ। ਅੱਜ ਮੈਂ ਉਹੀ ਗੱਲ ਆਖਣਾ ਚਾਹੁੰਦਾ ਕਿ ਸਾਡੇ ਘਰਾਂ ਬੰਦਾ, ਸਾਡਾ ਫੈਮਿਲੀ ਮੈਂਬਰ ਚੌਧਰੀ ਸਾਹਿਬ ਵੀ, ਅਸੀਂ ਗੁੱਸਾ ਵੀ ਹੋਗੇ, ਇਹ ਸਾਡੇ ਕਹਿੰਦੇ ਵੀ ਹੋ ਸਕਦੇ, ਲੇਕਿਨ ਜਿਹੜਾ ਦਰਦ ਇਹਨੇ ਕਠੂਆ ਦੇ ਲੋਕਾਂ ਵਾਸਤੇ ਹੋਣਾ ਉਹ ਕਿਸੇ ਕੀ ਨਹੀਂ ਹੋਣਾ। ਤੁਹਾਡੇ ਕੋਲ ਚੌਧਰੀ ਲਾਲ ਸਿੰਘ ਜਿਹੜਾ ਉਹ ਸਟੇਟ ਦਾ ਲੀਡਰ ਹੈ, ਤੁਸੀਂ ਦਿੱਲੀ ਵਾਲੇ ਜਾਣਦੇ ਨਾ, ਅਤੇ ਯਾਰ ਤੁਸੀਂ ਕਿੰਨੇ ਬਦਕਿਸਮਤ ਲੋਕ ਹੋ ਗਏ ਅਸੀਂ ਜਿਹਨੇ ਅਸੀਂ ਵੋਟ ਨਹੀਂ ਕਰਗੇ। ਮੈਂ ਇੰਨਾ ਗੱਲ ਆਖਣਾ ਚਾਹੁੰਦਾ, ਨੇ ਜੀ ਚੌਧਰੀ ਸਾਹਿਬ ਦੀ ਸੀਟ ਕਲੀਅਰ ਹੋਈ। ਜੈ ਹਿੰਦ ਜੈ ਹਿੰਦ। ਕੈਪਟਨ ਅੰਚਲਦਾਸ ਹੋਰ ਇਹ ਵੀ ਆਪਣੇ 2 ਮਿੰਟ ਵਾਸਤੇ ਵਿਚਾਰ ਰੱਖਣਗੇ। ਕੈਪਟਨ ਅੰਚਲੀ ਆਈ ਆ, ਔਰ ਲੋਕਾਂ ਨੂੰ ਇੰਨਾ ਉਤਸ਼ਾਹ, ਇੰਨੀ ਖੁਸ਼ੀ ਹੈ ਜਿਹਦਾ ਕੋਈ ਠਿਕਾਣਾ ਨਹੀਂ ਹੈ। ਚੌਧਰੀ ਸਾਹਿਬ 2004 'ਚ ਤੁਸੀਂ ਇਲੈਕਸ਼ਨ ਲੜਿਆ ਹੈ ਅਤੇ ਉਸ ਵੇਲੇ ਮੈਂ ਸਰ ਮਾਨਪੁਰ ਹਾਂ, ਤੁਸੀਂ ਗਏ ਮੇਲਾ ਰਾਮ ਹੁੰਦਾ ਘਰ, ਮੈਂ ਉਸ ਵੇਲੇ ਤੁਹਾਡੀ ਕੰਪਲੇਂਟ ਕੀਤੀ। ਮੈਂ ਨੌਕਰੀ ਕਰਦਾ ਕੋਰਟ 'ਚ ਸਰ, ਅਤੇ 2009 'ਚ ਵਸੋਲੀ ਹਾਂ, ਤਵੀਂ ਮੈਂ ਤੁਹਾਡੇ ਕੋਲ ਬਣੀ ਗਿਆ ਬਾੜੀ ਘਾਟ ਦੂਏ ਤਰੀਆ ਤਮ ਗਿਆ। ਅਸੀਂ ਉਸ ਨਹੀਂ ਪ੍ਰਵਾਹ ਕੀਤੀ, ਪਰਸੋਂ ਜ਼ਿਲ੍ਹਾ ਤੁਸੀਂ ਕੂਟੇ ਪੁੱਜੇ ਅਤੇ ਮੇਰਾ ਮਨ ਇੰਨਾ ਘੁਮਾ ਵੀ ਠੀਕ ਹੈ ਜੀ। ਅਤੇ ਸਾਰੀ ਗੱਲ ਇਹ ਹੈ, ਮੇਰੀ ਇੱਕ ਭਰਾ ਹੈਗੇ, ਸਾਰੇ ਅੱਗੇ ਅਪੀਲ ਹੈ ਵੀ ਸਾਰੇ ਕਸਮ ਚੁੱਕੋ ਵੀ ਜਿੰਨੀ ਵੀ ਮਾਤਰ ਚਲਾ ਰਹੀਆਂ ਨੇ ਉਹ ਅਜੇ ਨਹੀਂ ਹੈ ਜੀ
ਸਹੀ ਰਸਤੇ ਵੀ ਹੈਗੇ ਹਨ, ਅਸ ਭਰਾ ਜਿੰਨੇ ਹਨ ਸਾਰੇ ਹਨ, ਲੇਕਿਨ ਮਾਤਰ ਸ਼ਕਤੀ ਵੀ ਆਪਣੇ ਘਰ ਜਾਈ ਹੈ, ਸਾਰੇ ਸਮਝਾਓ ਭਾਈ ਚੌਧਰੀ ਸਾਹਿਬ ਕੀ ਵੋਟ ਦਿਆ, ਮੈਂ ਗਲਤ ਬੋਲਾ, ਇਲੈਕਸ਼ਨ ਨਹੀਂ ਹੋਣੀ ਜੇ ਚੌਧਰੀ ਸਾਹਿਬ ਨਹੀਂ ਆਏ ਤਾਂ, ਉਹਨਾਂ ਨੂੰ ਪੁੱਛਣਾ ਤੁਸੀਂ ਇਲੈਕਸ਼ਨ ਕਰਾਈ ਹੈ ਜਾਂ ਨਹੀਂ ਕਰਾਈ ਹੈ, ਉਹਦੇ ਬਾਅਦ ਤੁਹਾਡਾ ਲੋਕਤੰਤਰ ਖਤਮ ਹੋ ਜਾਣਾ ਟੋਟਲੀ। ਜੈ ਹਿੰਦ ਜੈ ਭਾਰਤ। ਜੋ ਕਿ ਤੁਹਾਡਾ ਰਿਕਾਰਡ ਬੋਲਦਾ ਤਿੰਨ ਵਾਰੀ ਜਿਸ ਤਰ੍ਹਾਂ ਚਮਨ ਲਾਲ ਗੁਪਤਾ ਜੀ ਸਾਂਸਦ ਰਹੇ ਉਹਨੇ ਜਿਹੜਾ ਕੰਮ ਤੁਸੀਂ ਕੀਤਾ ਤੁਹਾਡਾ ਰਿਕਾਰਡ ਬੋਲਦਾ, ਔਰ ਇਸ ਵਾਰੀ ਵੀ ਦੇਖਿਓ ਜੈ ਚੌਧਰੀ ਲਾਲ ਸਿੰਘ ਦੀ ਹੋਏਗੀ। ਇਰਾਕ ਦਾ ਬੱਚਾ ਬੱਚਾ ਤੁਹਾਡੇ ਕੰਨਾਂ ਹੋ ਜੋ ਡਿਊਟੀ ਲੱਗੇ ਬਿਨਾਂ ਕਿਸੇ ਹੈਜੀਟੇਸ਼ਨ ਦੇ ਕਿਸੇ ਦੀ ਪਰਵਾਹ ਕੀਤੇ ਬਿਲਕੁਲ ਪੂਰੀ ਦਲੇਰੀ ਕਰਨਾ ਤੁਹਾਡੇ ਕੋਲ ਜਿਹੜੇ ਕੰਨੇ ਖੜੇ ਹੋ ਗਏ। ਜੈ ਹਿੰਦ ਜੈ ਭਾਰਤ। ਧੰਨਵਾਦ ਚੌਧਰੀ ਲਾਲ ਸਿੰਘ ਸਾਹਿਬ। ਮੈਡਮ ਕਰਨ ਮਲਹੋਤਰਾ ਜੀ, ਮੇਰੇ ਵੱਡੇ ਭਰਾ ਸਤੀਸ਼ ਸ਼ਰਮਾ ਔਰ ਸਾਡੇ ਐਕਸ ਐਮ ਐਲ ਏ ਗਿੰਦਰ ਲਾਲ ਚਲਹੋਤਰਾ ਸਾਹਿਬ, ਪਰਮਜੀਤ ਔਰ ਕਾਂਗਰਸ ਦੇ ਸਾਰੇ ਸੀਨੀਅਰ ਲੀਡਰ, ਮੈਂ ਸਰ ਦੋ ਤਿੰਨ ਪ੍ਰੈਕਟੀਕਲ ਗੱਲਾਂ ਕਰਨੀਆਂ। ਮੈਂ ਤੁਸੀਂ ਸਾਰੇ ਜਾਣਦੇ ਹੋ, ਮੈਂ ਤੁਸੀਂ ਕੋਈ ਸ਼ੇਖੀਆਂ ਮਾਰੀਆਂ ਦੱਸਾਂ ਜਾਂ ਕੋਈ ਵੱਡੀ ਵੱਡੀ ਗੱਲਾਂ ਕਰਾਂ ਵੀ ਲੱਗਦਾ ਨਹੀਂ ਉਹ ਅੱਛੀ ਗੱਲ ਹੈ। ਕੋਈ ਜ਼ਿੰਮੇਵਾਰੀ ਆਪਣੀ ਆਪਣੀ ਪੰਚਾਇਤ ਦੀ ਲੈਣੀ, ਮੇਰੀ ਪੰਚਾਇਤ ਦੇ ਸਾਰੇ ਮੈਂਬਰ ਆਏ ਦੇ ਇੱਥੇ, ਔਰ ਮੇਰੀ ਪੰਚਾਇਤ ਵੀ ਅਨਅਪੋਜ਼ਡ ਹੈ, ਉਸ ਪੰਚਾਇਤ 'ਚ ਕੋਈ ਇਲੈਕਸ਼ਨ ਨਹੀਂ ਰੋਕੇ ਕਰਾਇਆ। ਮੇਰੇ ਐਕਸ ਸਰਪੰਚ ਸਾਹਿਬ ਵੀ ਆ ਗਏ, ਮੈਂ ਵੀ ਆ ਗਿਆ, ਦੋਵੇਂ ਜਣੇ ਆਸ ਆਏ ਦੇ। 2019-2004 'ਚ ਆਪਣੀ ਜ਼ਿੰਦਗੀ ਦਾ ਪਹਿਲਾ ਵੋਟ ਪਾਇਆ ਹਾਂ, ਤੁਸੀਂ ਹੀ ਪਾਇਆ। ਔਰ 2004 'ਚ ਜਦੋਂ ਤੁਹਾਡੇ ਪੋਸਟਰ ਮੈਂ ਘਰਾਂ ਲਈਆਂ ਲਾਉਂਦਾ ਹਾਂ ਦੀਵਾਰਾਂ 'ਤੇ, ਲੋਕ ਮੇਰਾ ਮਜ਼ਾਕ ਉਡਾਉਂਦੇ ਕਿਉਂਕਿ ਮੇਰਾ ਕਾਂਗਰਸ ਦਾ ਪਰਿਵਾਰ ਇਕੱਲਾ ਹਾਊਸਪਿੰਡ, ਤਾਂ ਲੋਕ ਆਖਦੇ ਕਿ ਕਿਉਂ ਵੋਟ ਲਾਉਣਾ, ਪੋਸਟਰ ਮਾੜਾ ਨਹੀਂ ਜਿੱਤਣਾ, ਚਮਨ ਲਾਲ ਗੁਪਤਾ ਬੜਾ ਪੁਰਾਣਾ ਲੀਡਰ ਆ। ਲੇਕਿਨ ਜਿਸਨ ਚੌਧਰੀ ਸਾਹਿਬ ਜਿੱਤੇ, ਮੈਨੂੰ ਲੱਗਦਾ ਮੈਂ ਕੋਈ 3-4 ਦਿਨ ਡਾਂਸ ਕਰਦਾ ਰਿਹਾ ਹੁਣ ਉੱਥੇ ਗਲੀਆਂ 'ਚ, ਅਤੇ ਫਿਰ ਉਹ ਮੌਕਾ ਆਈ ਇਹਦਾ, ਫਿਰ ਅਸਾਂ ਜਿੱਤਣਾ। ਲੇਕਿਨ ਦੋ ਤਿੰਨ ਪ੍ਰੈਕਟੀਕਲ ਗੱਲਾਂ ਇਹ ਨਾ ਸਰ, ਕਿ ਡਿਸਟ੍ਰਿਕਟ ਕਠੂਆ ਦੇ ਵਿੱਚ ਜਿਸ ਵੇਲੇ ਆਪਣਾ ਪਰਿਵਾਰ ਬੈਠਾ ਤਾਂ ਇੰਨੀਆਂ ਵੱਡੀ ਵੱਡੀਆਂ ਗੱਲਾਂ ਵੀ ਅਸ ਕਰਚੇ ਤਾਂ ਉਹ ਵੀ ਸਮਝ ਲਓ ਕਿ ਓਵਰ ਕੌਨਫੀਡੈਂਟ ਹੋਣੇ ਵਾਲੀ ਗੱਲ ਹੈ। ਡਿਸਟ੍ਰਿਕਟ ਕਠੂਆ ਦੇ ਵਿੱਚ ਲੜਾਈ ਹੈ ਦੋ ਕਰੈਕਟਰਾਂ ਦੀ, ਇੱਕ ਕਰੈਕਟਰ ਜਿਹੜਾ ਆ ਉਹ ਜ਼ਮੀਨੀ ਹੈ, ਦੂਆ ਕਰੈਕਟਰ ਜਹਾਜ਼ੀ ਹੈ, ਜਹਾਜ਼ਾਂ 'ਚ ਘੁੰਮਣ ਵਾਲਾ। ਇੱਕ ਕਰੈਕਟਰ ਸਵਾਭਿਮਾਨੀ ਹੈ ਔਰ ਇੱਕ ਕਰੈਕਟਰ ਅਭਿਮਾਨੀ ਹੈ, ਔਰ ਇਸੇ ਚੀਜ਼ ਦਾ ਪ੍ਰਚਾਰ ਜਿਹੜਾ ਆ ਉਹ ਲੋਕਾਂ 'ਚ ਚਲਾ ਵਾ। ਚੌਧਰੀ ਲਾਲ ਸਿੰਘ ਦੇ ਕਰੈਕਟਰ ਦੀ ਇਮੇਜ ਦਾ ਕੋਈ ਮੁਕਾਬਲਾ ਜਿਹੜਾ ਆ ਉਹ ਆਦਮੀ ਨਹੀਂ ਕਰ ਸਕਦਾ, ਔਰ ਇਸੇ ਚੀਜ਼ ਕੀ ਲਈ ਹੈ ਲੋਕਾਂ 'ਚ ਜਾਣਾ ਪਾਉਣਾ, ਕਿਉਂਕਿ ਉਸ ਆਦਮੀ ਦੇ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਸਿਰਫ ਇਹ ਹੈ ਕਿ ਉਹ ਆਦਮੀ ਨਾ ਤਾਂ ਲੋਕਾਂ 'ਚ ਜਾਂਦਾ, ਨਾ ਪਿਛਲੇ 10 ਸਾਲਾਂ 'ਚ ਉਹਨੂੰ ਕਦੇ ਕਿਸੇ ਕੀ ਬੁਲਾਇਆ, ਨਾ ਉਹਨੂੰ ਕਿਸੇ ਆਦਮੀ ਕੀ ਕਦੇ ਕੋਈ ਆਦਮੀ ਕਿਨੇ ਪਹਿਚਾਣ ਰੱਖੀ। ਔਰ ਚੜਵਾਲ ਦੇ ਥੱਲੇ ਉਹ ਆਦਮੀ ਪਿਛਲੇ 10 ਸਾਲ 'ਚ ਸਿਰਫ ਇੱਕ ਵਾਰੀ ਗਿਆ ਕੋਟਬੂ ਤੱਕ, ਅਦਰਵਾਈਜ਼ ਉਹਨੂੰ ਕਦੇ ਸ਼ਕਲ ਨਹੀਂ ਦੱਸੀ ਲੋਕਾਂ। ਅਤੇ ਅਸ ਚਾਹੁੰਦੇ ਹਾਂ ਕਿ ਜ਼ਿਆਦਾ ਟਾਈਮ ਵੇਸਟ ਨਹੀਂ ਕਰਚੇ, ਕੋਟਪੁਰ ਨੂੰ ਪੰਚਾਇਤ ਦੀ ਮੇਰੀ ਜ਼ਿੰਮੇਵਾਰੀ ਬਣਦੀ ਹੈ, ਮੇਰੇ ਐਕਸ ਸਰਪੰਚ ਸਾਹਿਬ ਦੀ ਜ਼ਿੰਮੇਵਾਰੀ ਬਣਦੀ, ਕੋਟਪੁਰ ਨੂੰ ਪੰਚਾਇਤ ਕੀ ਜਿਤਾਉਣਾ ਅਸੀਂ ਦੋਨੇ ਦੀ ਜ਼ਿੰਮੇਵਾਰੀ ਹੈ। ਵੱਡੀ ਵੱਡੀ ਗੱਲਾਂ ਮੈਂ ਨਹੀਂ ਕਰਨੀਆਂ ਤਾਂ ਨਾ ਕਰਨਾ ਠੀਕ ਹੈ, ਕੋਟਪੁਰ ਨੂੰ ਜ਼ਿੰਮੇਵਾਰੀ ਲਾਂਗੇ, ਪੰਚਾਇਤ ਦੀ ਅਸ ਦੋਨੋਂ ਜਣੇ ਜ਼ਿੰਮੇਵਾਰੀ ਲਾਂਗੇ, ਮੇਰੇ ਸਾਰੇ ਪੰਚ ਜ਼ਿੰਮੇਵਾਰੀ ਲੈਣਗੇ ਕਿ ਤੁਸੀਂ ਕੋਟਪੁਰ ਨੂੰ ਜਿਤਾਈਏ ਭੇਜ ਕੇ। ਉਹਦੇ ਬਾਅਦ ਰਹੀ ਗੱਲ, ਤੁਸੀਂ ਚੜੀਓ ਪਹਾੜ ਤਾਂ ਸਾਨੂੰ ਮੈਡਮ ਦੇ ਹਵਾਲਾ ਕਰੀਓ, ਅਤੇ ਇਹ ਮੜੀ ਤਹਿਸੀਲ ਹੀਰਾਨਗਰ ਜਾਂ ਇਹ ਬੈਲਟ ਜਿਹੜੀ ਹੈ ਇਹ ਦਿਨ ਰਾਤ ਜਿੱਥੇ ਵੀ ਚੱਲਣਾ ਹੈ ਅਸ ਦਿਨ ਰਾਤ ਚੱਲਣ ਲਈ ਤਿਆਰ ਹੈ, ਔਰ ਅਸੀਂ ਕੋਸ਼ਿਸ਼ ਕਰਕੇ ਕਿ ਜਿੰਨੀ ਮਿਹਨਤ ਸਾਡੇ ਕੋਲ ਹੋ ਹੀ ਸਕਿਆ ਇਸ 20-25 ਦਿਨ ਦੇ ਵਿੱਚ ਉਹ ਅਸ ਕਰਚੇ। ਔਰ 27 ਤਰੀਕ ਵਾਲਾ ਜਿਹੜਾ ਸਾਡਾ ਇੱਕ ਸ਼ੋਅ ਹੈ ਉਹ ਮੈਨੂੰ ਲੱਗਦਾ ਕਿ ਸਾਡਾ ਅੱਧਾ ਇਲੈਕਸ਼ਨ ਜਿਹੜਾ ਹੈ ਉਸ ਦਿਨ ਪਲਟੀ ਜਾਣਾ, ਅਸ ਅੱਧੇ ਇਲੈਕਸ਼ਨ ਦੀ ਵੇਵ ਜਿਹੜੀ ਹੈ ਉਸ ਦਿਨ ਹੋਰ ਚੇਂਜ ਕਰ ਸਕਦੇ ਹਾਂ, ਅਸ 70 ਪਰ ਜਾਈ ਸਕਦੇ ਹਾਂ, ਉਹ 30 ਪਰ ਆਈ ਸਕਦੇ ਹਾਂ। ਇਸ ਕਰੀਏ 27 ਤਰੀਕ ਹਰ ਆਦਮੀ ਜ਼ੋਰ ਲਾਏ,
ਆਪਣੀ ਆਪਣੀ ਪੰਚਾਇਤ ਚੋਂ ਪੰਜ ਪੰਜ ਦਸ ਦਸ ਗੱਡੀਆਂ ਕੱਢੇ। ਮੈਂ ਚਾਲੀ ਚਾਲੀ ਗੱਡੀਆਂ ਨਹੀਂ ਆਖਣੀਆਂ, ਲੇਕਿਨ ਮੇਰੀ ਪੰਚਾਇਤ ਚ ਅਸੀਂ ਚਾਰ ਪੰਜ ਗੱਡੀਆਂ ਕੋਸ਼ਿਸ਼ ਕਰਗੇ ਕਿ ਚਾਰ ਪੰਜ ਗੱਡੀਆਂ ਅਸ ਕੋਟ ਤੋਂ ਉਹਦਾ ਗੱਡੀਆਂ ਲਈ ਆਈਏ। ਇੰਨੀਆਂ ਸਾਰੀਆਂ ਪੰਚਾਇਤਾਂ ਅਗਰ ਪੰਜ ਪੰਜ ਗੱਡੀਆਂ ਵੀ ਇਮਾਨਦਾਰੀ ਕਨੇ ਗੱਡੀਆਂ ਲਿਆਉਣ ਤਾਂ ਮੈਨੂੰ ਲੱਗਦਾ ਕਿ ਉਹਦੇ ਕੋਲੋਂ ਕਾਫੀ ਵੱਡਾ ਅੱਛਾ ਸ਼ੋਅ ਕਰ ਸਕਦੇ। ਧੰਨਵਾਦ। ਸ਼ੁਰੂ ਸੇ ਆਸੇ ਨਹੀਂ ਇਨਕੇ ਖਾਨਦਾਨ ਹੈ ਕਿਆ ਵੋ ਰੂਹਾਨਸਰ ਥਾ ਚਾਹੇ ਵੋ ਨਾਨਕੀ ਜੰਗ ਦੋਸੀ ਸੇ ਚਾਹੇ ਕੋਈ ਇਨਕੇ ਫਾਦੇ ਫਾਦਰ ਨੇ ਬਹੁਤ ਕੰਮ ਕੀਆ ਔਰ ਇਹਨਾਂ ਨੇ ਖੁਦ ਔਰ ਸਭ ਲੋਕ ਨੇ ਕੁਲਦੀਪ ਸ਼ਰਮਾ ਜੀ ਮਾਫ ਕਰਨਾ ਆਪਕਾ ਨਾਮ ਨਹੀਂ ਮੈਂ ਲੈ ਸਕਾ ਤੋ ਜਲਦੀ ਜਲਦੀ ਮੈਂ ਜੇ ਕਹਿ ਰਹਾ ਹੂੰ ਲੇਕਿਨ ਆਖ ਸੇ ਦਿਲ ਮੈਂ ਜੇ ਆਪਕੋ ਸ਼ੱਕ ਨਾ ਰਹੇ ਕਿ ਐਸੇ ਜੈਸਾ ਆਦਮੀ ਨਹੀਂ ਮਿਲੇਗਾ ਨਹੀਂ ਮਿਲੇਗਾ ਨਹੀਂ ਮਿਲੇਗਾ ਔਰ ਇਹ ਜਿੱਤੇ ਗਏ ਜਿਸ ਸੇ ਮੇਰੀ ਜ਼ਿੰਮੇਵਾਰੀ ਹੈ ਵੀਰਨਗਰ ਸੇ ਔਰ ਮਡੀਨ ਸੇ ਮੇਰੀ ਜ਼ਿੰਮੇਵਾਰੀ ਹੈ ਨਹੀਂ ਲਾਲ ਸਿੰਘ ਜਿੰਦਾਬਾਦ ਔਰ ਕਾਂਤਾ ਨੋਤਾ ਜਿੰਦਾਬਾਦ ਜੈ ਹਿੰਦ ਜੈ ਭਾਰਤ ਚੌਧਰੀ ਲਾਲ ਸਿੰਘ ਜੀ ਮੈਂ ਸਰ ਸਾਡੇ ਐਮ ਪੀ ਦੇ ਜਹਾਜ਼ ਕੋਲ ਥੱਲੇ ਨਹੀਂ ਉਤਰੇ ਗੱਲ ਦਾ ਰੋਣ ਵਾਲਾ ਤੁਸੀਂ ਸਾਡੇ ਕੋਲ ਗਏ ਜਾਂਡੀ ਬਾਗ ਚੋਂ ਲੰਘੀ ਹੈ ਪੈਦਲ ਤੇ ਮੇਰੇ ਮੈਨੂੰ ਲੱਗਦਾ ਕਿ ਕੋਈ ਵੀ ਬੰਦਾ ਪੰਤਾਲ ਪਿੰਡਾਂ ਹੀ ਨਹੀਂ ਜਾਣਦਾ ਹੋਣਾ ਕੋਈ ਬੰਦਾ ਪਿੰਡਾਂ ਪੰਤਾਲ ਹੀ ਨਹੀਂ ਜਾਣਦਾ ਹੋਣਾ ਲੇਕਿਨ ਲਾਲ ਸਿੰਘ ਹੋਰ ਸਾਡੇ ਘਰ ਅੱਜ ਆਈ ਹੈ ਚਾਹ ਪਾਣੀ ਪੀ ਹੈ ਰੋਟੀ ਅਸੀਂ ਜਗ ਰੱਖੇ ਦਾ ਉਸ ਜੇ ਸਾਡੇ ਲਾਲ ਸਿੰਘ ਗਏ ਔਰ ਤੁਹਾਡਾ ਗਾ ਦਿੱਤਾ ਦਾ ਜਿਹੜਾ ਰਸਤਾ ਆ ਉਹ ਹੁਣ ਮਾੜਾ ਜਿਹਾ ਕੁਦਾ ਉਹ ਮਤਲਬ ਅੱਧਾ ਬਣਿਆ ਅੱਲਾ ਪੂਰਾ ਨੀ ਹੋਇਆ ਅੱਧਾ ਬਣਿਆ ਅੱਲਾ ਪੂਰਾ ਨੀ ਹੋਇਆ ਉਹ 3 ਕਿਲੋਮੀਟਰ ਜਾਂ 1.5 ਕਿਲੋਮੀਟਰ ਬਣਿਆ ਲੇਕਿਨ ਅਰਥ ਵਰਕ ਤੁਹਾਡਾ ਗਾ ਕੀਤਾ ਦਾ ਔਰ ਪੰਤਾਲ ਪਿੰਡ ਬਈਆ ਕੋਈ ਨੀ ਜਾਣਦਾ ਹੋਣਾ ਲੇਕਿਨ ਲਾਲ ਸਿੰਘ ਹੁਣ ਜਾਣ ਦੇਣਾ ਤੇ ਮੈਂ